ਸਾਰੇ ਦੋਸਤੋ ਐਜੂਕੇਸ਼ਨ ਵਰਲਡ ਗੁਰਦਾਸਪੁਰ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਅੱਜ ਅਰਥਬੋਧ ਦੇ ਅਗਲੇ ਪੜਾਅ ਬਾਰੇ ਤੁਹਾਡਾ ਵਿਚਾਰ ਚਰਚਾ ਕਰਾਂਗੇ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਮੈਂ ਚਰਨਜੀਤ ਸਿੰਘ ਅੱਜ ਤੁਹਾਡੇ ਲਈ ਇਸ ਅਧਿਆਇ ਨੂੰ ਲੈ ਕੇ ਪ੍ਰਸਤੁਤ ਹੋਇਆ ਵਾਂ। ਤਾਂ ਬੜੇ ਹੀ ਸੂਝ ਨਾਲ ਪੂਰੇ ਵਿਚਾਰਾਂ ਨਾਲ ਇਸ ਨੂੰ ਜਾਣਨ ਦਾ ਯਤਨ ਕਰਨਾ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹਦੇ ਨਾਲ ਪ੍ਰੀਖਿਆ ਪ੍ਰਣਾਲੀ ਵਿੱਚ ਤੁਹਾਡੇ ਕੋਲ ਪ੍ਰਸ਼ਨ ਪੁੱਛੇ ਜਾ ਸਕਦੇ ਨੇ। ਪੰਜਾਬ ਕੌਂਸਟੇਬਲ ਪੁਲਿਸ ਦੇ ਪ੍ਰੀਖਿਆ ਦੇ ਵਿੱਚ ਇਸ ਨਾਲ ਸੰਬੰਧਿਤ ਵੀ ਬਹੁ ਵਿਕਲਪੀ ਪ੍ਰਸ਼ਨ ਜਿਹੜੇ ਆ ਤੁਹਾਨੂੰ ਸਿਲੇਬਸ ਦੇ ਵਿੱਚ ਲਗਾਏ ਗਏ ਨੇ, ਜਿਨ੍ਹਾਂ ਵਿੱਚੋਂ ਬਹੁ ਵਿਕਲਪੀ ਪ੍ਰਸ਼ਨਾਂ ਦੇ ਤੌਰ 'ਤੇ ਤੁਹਾਨੂੰ ਆਉਣਗੇ। ਤਾਂ ਸਭ ਤੋਂ ਪਹਿਲੇ ਅਸੀਂ ਇਹ ਜਾਣਨਾ ਜ਼ਰੂਰੀ ਹੈ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਿਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਅਸੀਂ ਇਹ ਜਾਣਾਂਗੇ ਸਭ ਤੋਂ ਪਹਿਲਾਂ ਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਅਤੇ ਲਿਖਣ ਵੇਲੇ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਦੀ ਵਰਤੋਂ ਕਰੇ। ਉਹ ਆਪਣੀ ਗੱਲ ਨੂੰ ਪੂਰਨ ਰੂਪ ਵਿੱਚ ਕਿਸੇ ਦੇ ਸਾਹਮਣੇ ਇਸ ਤਰ੍ਹਾਂ ਨਾਲ ਬਿਆਨ ਕਰੇ ਕਿ ਉਸਦੇ ਵਿੱਚ ਉਸਦਾ ਸਮਾਂ ਵੀ ਬਚੇ ਅਤੇ ਉਸਦੀ ਗੱਲ ਵੀ ਪੂਰਨ ਰੂਪ ਦੇ ਵਿੱਚ ਸਾਰਥਕ ਹੋ ਜਾਵੇ। ਤਾਂ ਅੱਜ ਦਾ ਜਿਹੜਾ ਦੌਰ ਹੈ, ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੀ ਸਮੇਂ ਦੀ ਸਾਰਥਕਤਾ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਹੈ, ਹਰ ਕੋਈ ਆਪਣੀ ਜ਼ਿੰਦਗੀ 'ਚ ਵਿਅਸਤ ਹੈ। ਤਾਂ ਉਹਦੇ ਲਈ ਸਾਨੂੰ ਅਜਿਹੇ ਸ਼ਬਦਾਂ ਦੀ ਜ਼ਰੂਰਤ ਪਈ ਜਿਹਦੇ ਵਿੱਚ ਅਸੀਂ ਬਹੁਤੀ ਲੰਬੀ ਲਟਕਾਊ ਗੱਲ ਨੂੰ ਥੋੜ੍ਹੇ ਸ਼ਬਦਾਂ 'ਚ ਬਿਆਨ ਕਰਕੇ ਅਸੀਂ ਆਪਣੀ ਪੂਰੀ ਦੀ ਪੂਰੀ ਗੱਲ ਜਿਹੜੀ ਉਹ ਬਿਆਨ ਕਰ ਸਕਦੇ ਹਾਂ। ਤਾਂ ਇਸੇ ਤਰ੍ਹਾਂ ਨਾਲ ਇਹਨਾਂ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਸਾਡੀ ਪੰਜਾਬੀ ਦੇ ਵਿੱਚ ਬਹੁਤ ਰੂਪ ਦੇ ਵਿੱਚ ਬਹੁਤ ਜ਼ਿਆਦਾ ਭੰਡਾਰ ਸ਼ਬਦਾਵਲੀ ਦੇ ਵਿੱਚ ਸਾਡੇ ਕੋਲ ਪਿਆ, ਜਿਨ੍ਹਾਂ ਦੀ ਵਰਤੋਂ ਆਮ ਤੌਰ 'ਤੇ ਲੇਖਕਾਂ ਦੁਆਰਾ, ਸਾਹਿਤਕਾਰਾਂ ਦੁਆਰਾ, ਵਾਰਤਕਾਰਾਂ ਦੁਆਰਾ ਕੀਤੀ ਗਈ, ਕਿਉਂਕਿ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਜਿਹੜੇ ਆ ਇਹ ਸਾਡੀ ਲਿਖਣ ਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਆ, ਜਿਸ ਦੇ ਨਾਲ ਅਸੀਂ ਥੋੜ੍ਹੇ ਸ਼ਬਦਾਂ ਦੇ ਵਿੱਚ ਸੰਖੇਪਤ ਰੂਪ ਦੇ ਵਿੱਚ ਅਸੀਂ ਬਹੁਤੀ ਗੱਲ ਨੂੰ ਬਿਆਨ ਕਰ ਦਿੰਦੇ ਹਾਂ। ਤਾਂ ਗੱਲ ਕਰਨ ਦਾ ਇੱਕ ਤਰੀਕਾ, ਗੱਲ ਕਰਨ ਦਾ ਇੱਕ ਢੰਗ ਜਿਹੜਾ ਹੈ ਉਹ ਸਾਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਰਾਹੀਂ ਪਤਾ ਚੱਲਦਾ ਹੈ, ਜਿਹਦੇ ਵਿੱਚ ਅਸੀਂ ਥੋੜ੍ਹੇ ਸ਼ਬਦਾਂ ਵਿੱਚ ਬਹੁਤੀ ਗੱਲ ਨੂੰ ਕਿਸ ਤਰ੍ਹਾਂ ਨਾਲ ਬਿਆਨ ਕਰ ਸਕਦੇ ਹਾਂ। ਜਿਸ ਤਰ੍ਹਾਂ ਨਾਲ ਉਦਾਹਰਣ ਦੇ ਤੌਰ 'ਤੇ ਜੇ ਅਸੀਂ ਕਹੀਏ ਕਿ ਸੰਦੀਪ ਦਾ ਪਤੀ ਜਿਉਂਦਾ ਹੈ ਉਹ ਭਾਗਾਂ ਵਾਲੀ ਹੈ, ਤਾਂ ਇਸੇ ਤਰ੍ਹਾਂ ਨਾਲ ਦੂਸਰੀ ਉਦਾਹਰਣ ਹੈ ਸੰਦੀਪ ਸੁਹਾਗਣ ਭਾਗਣ ਹੈ। ਗੱਲ ਦੋਨੋਂ ਪਾਸੇ ਇੱਕੋ ਜਿਹੀ ਹੋ ਰਹੀ ਹੈ, ਪਰ ਗੱਲ ਕਰਨ ਦਾ ਜਿਹੜਾ ਤਰੀਕਾ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਵਾਲਾ ਜਿਹੜਾ ਵਾਕ ਦੀ ਉਦਾਹਰਣ ਹੈ ਸੰਦੀਪ ਦਾ ਪਤੀ ਜਿਉਂਦਾ ਹੈ ਉਹ ਭਾਗਾਂ ਵਾਲੀ ਹੈ, ਜੋ ਕਿ ਇੱਕ ਲੰਮੇ ਰੂਪ ਦੇ ਵਿੱਚ ਗੱਲ ਨੂੰ ਬਿਆਨ ਕੀਤਾ ਗਿਆ ਹੈ, ਇਹ ਬਹੁਤੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਗਿਆ। ਜੇ ਨੰਬਰ 2 ਵਿੱਚ ਅਸੀਂ ਉਦਾਹਰਣ ਦੇਖੀਏ ਤਾਂ ਉਹਦੇ ਵਿੱਚ ਸਿੱਧੀ ਤੇ ਸਿੱਧੀ ਸਾਰਥਕ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤੀ ਗੱਲ ਨੂੰ ਬਿਆਨ ਕਰ ਦਿੱਤਾ ਗਿਆ ਹੈ ਸੰਦੀਪ ਸੁਹਾਗਣ ਭਗਣ। ਤਾਂ ਇਹਨਾਂ ਸ਼ਬਦਾਂ ਦੇ ਵਿੱਚੋਂ ਅਸੀਂ ਆਮ ਤੌਰ 'ਤੇ ਸਮਝ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਵਾਕ ਸ਼ਬਦਾਵਲੀ ਕਿਹੜੀ ਹੈ। ਤਾਂ ਇਸੇ ਤਰ੍ਹਾਂ ਨਾਲ ਕੁਝ ਮਹੱਤਵਪੂਰਨ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲੈ ਕੇ ਤੁਹਾਡੇ ਕੰਮ ਸਾਹਮਣੇ ਹਾਜ਼ਰ ਹੋਏ ਹਾਂ। ਤਾਂ ਇਹਨਾਂ ਵੱਲ ਗੌਰ ਫਰਮਾਉਣਾ। ਜਿਸ ਤਰ੍ਹਾਂ ਨਾਲ ਸਭ ਤੋਂ ਪਹਿਲੇ ਹੈ ਜਿਹੜਾ ਵਿਅਕਤੀ ਸਭਿਅਕ ਗੁਣ ਨਾ ਰੱਖਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਉਜੱਟ। ਇਸੇ ਤਰ੍ਹਾਂ ਦੂਜੇ ਲੋਕਾਂ ਦਾ ਭਲਾ ਕਰਨ ਵਾਲਾ, ਉਪਕਾਰੀ, ਕਿਸੇ ਦੀ ਪੂਜਾ ਕਰਨ ਵਾਲਾ, ਉਪਾਸਕ, ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ, ਉਦਾਰਚਿਤ, ਉਹ ਬੋਲੀ ਜੋ ਕਿਸੇ ਖਾਸ ਇਲਾਕੇ ਦੀ ਬੋਲੀ ਹੋਵੇ, ਉਪਬੋਲੀ, ਜਿਸ ਨੂੰ ਰੱਬ ਦੀ ਹੋਂਦ 'ਤੇ ਭਰੋਸਾ ਹੋਵੇ, ਆਸਤਕ, ਜਿਸ ਨੂੰ ਜਿੱਤਿਆ ਨਾ ਜਾ ਸਕੇ, ਅਜਿੱਤ, ਜੋ ਪੜ੍ਹਿਆ ਨਾ ਹੋਵੇ, ਅਨਪੜ੍ਹ, ਜਿਸ ਨੂੰ ਕੋਈ ਬਿਮਾਰੀ ਨਾ ਹੋਵੇ, ਅਰੋਗ, ਉਹ ਜ਼ਖਮ ਜੋ ਕੱਚਾ ਹੋਵੇ, ਅੱਲਾ, ਜਿਹੜਾ ਕਦੇ ਨਾ ਮੁੱਕੇ, ਅਮੁੱਕ, ਜਿਹੜਾ ਆਪਣੀ ਹੀ ਮਰਜ਼ੀ ਕਰੇ, ਆਪ ਹੁਦਰਾ, ਜੋ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ, ਅਗੇਤੀ, ਰੁੱਖੇ ਸੁਭਾਅ ਵਾਲਾ ਆਦਮੀ, ਅੱਖੜ, ਜੋ ਕਿਸੇ ਦਾ ਕੀਤਾ ਅਹਿਸਾਨ ਨਾ ਜਾਣੇ, ਅਕ੍ਰਿਤਕਣ, ਕਿਸੇ ਨੂੰ ਆਪਣੀ ਇੱਜ਼ਤ ਦਾ ਬਹੁਤ ਖਿਆਲ ਹੋਵੇ, ਅਣਖੀਲਾ, ਜਿਸ ਦਾ ਵਰਣਨ ਨਾ ਕੀਤਾ ਜਾ ਸਕੇ, ਅਵਰਣਨ, ਜਿਸ ਨੂੰ ਸਹਿਣਾ ਔਖਾ ਹੋਵੇ, ਅਸਹਿ, ਜਿਸ ਗੱਲ ਨੂੰ ਵਧਾ ਚੜ੍ਹਾ ਕੇ ਆਖਿਆ ਜਾਵੇ, ਅਤਕਥਨੀ, ਜੋ ਕਦੀ ਨਾ ਥੱਕੇ, ਅਣਥੱਕ। ਤਾਂ ਇਸ ਤਰ੍ਹਾਂ ਨਾਲ ਪਹਿਲਵਾਨਾਂ ਦੇ ਘੋਲ ਜਾਂ ਕਸਰਤ ਦੀ ਥਾਂ ਅਖਾੜਾ, ਜਿਹੜਾ ਦੁਨੀਆਂ ਵਿੱਚ ਹੰਢਿਆ ਵਰਤਿਆ ਨਾ ਹੋਵੇ, ਅੱਲੜ, ਉਹ ਜੋ ਜੂਨਾ ਤੋਂ ਰਹਿਤ ਹੋਵੇ, ਅਜੂਨੀ, ਜਿਸ ਨੂੰ ਕਹਿ ਕੇ ਦੱਸਣਾ ਔਖਾ ਹੋਵੇ, ਅਕਹਿ। ਇਸੇ ਤਰ੍ਹਾਂ ਨਾਲ ਜਿਸ ਥਾਂ 'ਤੇ ਘੁਮਿਆਰ ਅੱਗ ਨਾਲ ਭਾਂਡੇ ਪਕਾਉਂਦੇ ਹਨ, ਆਵਾ, ਮਨੁੱਖ ਨੂੰ
खा जान वाला आदमखोर, जेड़ा दिल दियां जाने अंतरयामी, इस तरह जिसनू किसी चीज़ का ज्ञान ना होवे अज्ञानी, उस तरह अपने आप नाल बीती घटना आप बीती, हर वेले चढ़दी कला विच रहन वाला आशावादी, अपने आप नू मार लैना आत्मका, मीह ना वरन दी अवस्था ओड़, ओ कूड़ा जो तुरन फिरन विच अड़ी करे अड़ियल, जिस दी औलाद ना होवे ओतरा, जिस बालक तो बोध शरारत करे इलती जा शरारती जा इलती, जेड़ा हर थां दियां खबरां दूजी थां पहुंचावे एलची, जिस उपर इतबार किता जा सके इतबारी, जिस ने धर्म जा देश ले जान दित्ती होवे शहीद, सुंदर शकल वाला सरूप, सारिआं नूं इक्को जिहा जानण वाला समदर्शी, पति दी दूजी तीवीं सौंकण, गुजे भेदां नूं जानण वाला सुहिया, इस तरह नाल जिस जिहड़ी मझ हुणे हुणे सूई होवे सज्जर, ओह थां जिथे दो दरिया मिलदे होण संगम जां पतन, इक्को समें होण वाले मनुख समकाली, ਉਹ ਗੀਤ ਜਿਸ ਨੂੰ ਦੋ ਤੋਂ ਵੱਧ ਵਿਅਕਤੀ ਰਲ ਕੇ ਗਾਣ ਸਹਿਗਾਣ, ਉਹ ਇਸਤਰੀ ਜਿਸਦਾ ਪਤੀ ਜਿਉਂਦਾ ਹੋਵੇ ਸੁਹਾਗਣ, ਜਿਸਦੇ ਘਰ ਔਲਾਦ ਹੋਵੇ ਸੌਂਤਰਾ, ਸੱਪ ਦਾ ਬੱਚਾ ਸਪੋਲੀਆ, ਜਿਸਥੇ ਸਾਰਿਆਂ ਦੀ ਸਲਾਹ ਇੱਕੋ ਜਿਹੀ ਹੋਵੇ ਜਾਂ ਇੱਕ ਹੋਵੇ ਸਰਬਸੰਮਤੀ, ਜੋ ਵਿਆਜ 'ਤੇ ਕਿਸੇ ਕੋਲੋਂ ਪੈਸੇ ਲਵੇ ਸਾਮੀ, ਜਿਸ ਨੂੰ ਵਿਆਜ 'ਤੇ ਪੈਸੇ ਦਿੱਤੇ ਜਾਣ ਵਾਲਾ ਸ਼ਾਹੂਕਾਰ ਜਾਂ ਸ਼ਾਹ, ਜਿਸ ਵਿੱਚ ਸਭ ਸ਼ਕਤੀਆਂ ਹੋਣ ਸਰਬ ਸ਼ਕਤੀਮਾਨ, ਜਿਸ ਵਿੱਚ ਸਭ ਸ਼ਕਤੀਆਂ ਹੋਣ ਸਰਬ ਸ਼ਕਤੀਮਾਨ, ਜਿਹੜਾ ਹਰ ਥਾਂ ਪਾਇਆ ਜਾਵੇ ਸਰਬ ਵਿਆਪਕ, ਜਿਸ ਨੂੰ ਹਰ ਗੱਲ ਦਾ ਪਤਾ ਹੋਵੇ ਸਰਬ ਗਿਆਤਾ, ਆਪਣੇ ਜੀਵਨ ਦਾ ਹਾਲ ਸਵੈ ਜੀਵਨੀ, ਆਪਣੇ ਆਪ 'ਤੇ ਮਾਣ ਕਰਨ ਵਾਲਾ ਸਵੈ ਅਭਿਮਾਨੀ, ਇਸੇ ਤਰ੍ਹਾਂ ਨਾਲ ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ ਸ਼ਾਮਲਾਟ, ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਸ਼ਾਹਕਾਰ, ਉਹ ਮਨੁੱਖ ਜੋ ਮਾਸ ਨਹੀਂ ਖਾਂਦੇ ਸ਼ਾਕਾਹਾਰੀ, ਇੱਕੋ ਉਮਰ ਦੇ ਹਾਣੀ, ਇਸੇ ਤਰ੍ਹਾਂ ਜੋ ਫੋਕੀ ਆਕੜ ਰੱਖਦਾ ਹੋਵੇ ਹੈਂਕੜਬਾਜ, ਜਿਸ ਨੂੰ ਹਰ ਕੋਈ ਚਾਹੁੰਦਾ ਹੋਵੇ ਹਰਮਨ ਪਿਆਰਾ, ਜੋ ਗਾਂ ਜਾਂ ਮੈਂ ਇੱਕੋ ਆਦਮੀ ਦੇ ਹੱਥ 'ਤੇ ਪਈ ਹੋਵੇ ਹੱਥਲ, ਜੋ ਬੱਚਾ ਚੰਗੀ ਉੱਨਤੀ ਕਰਨ ਵਾਲਾ ਜਾਪਦਾ ਹੋਵੇ ਹੋਣਹਾਰ, ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ ਕੌਮਾਤਰੀ, ਹਰ ਵੇਲੇ ਕੁੱਟ ਖਾਣ ਵਾਲਾ ਕੁਟੀਚਰ, ਮਾਪਿਆਂ ਦੇ ਅੱਖੇ ਨਾ ਲੱਗਣ ਵਾਲਾ ਪੁੱਤਰ, ਤਾਂ ਉਸਨੂੰ ਅਸੀਂ ਕਹਿ ਦਿੰਦੇ ਹਾਂ ਕਪੁੱਤਰ, ਕਿੱਤੇ ਨੂੰ ਜਾਣਨ ਵਾਲਾ ਕ੍ਰਿਤਗ, ਹੱਥੀਂ ਕੰਮ ਕਰਕੇ ਰੋਟੀ ਖਾਣ ਵਾਲਾ ਕੀਰਤੀ, ਧਾਰਮਿਕ ਪੱਖਪਾਤ ਕਰਨ ਵਾਲਾ ਕੱਟੜ, ਉਹ ਮੱਝ ਜਿਸ ਦੀ ਧਾਰ ਸੌਖੀ ਨਿਕਲੇ ਖਿੱਲ, ਜਿੱਥੇ ਸਵਾਰਥ ਅਧੀਨ ਦੂਜਿਆਂ ਦੀ ਪ੍ਰਸ਼ੰਸਾ ਕਰਨ ਵਾਲਾ ਖੁਸ਼ਾਮਦੀ, ਚਿਰਦੀ ਸੂਈ ਮੱਝ ਜਾਂ ਗਾਂ ਖੰਘੜ, ਦੂਜਿਆਂ ਦੇ ਕੰਮਾਂ ਵਿੱਚ ਖਾਂ ਮਖਾ ਦਖਲ ਦੇਣ ਵਾਲਾ ਖੜਪੈਂਚ, ਛਪਣ ਤੋਂ ਪਹਿਲਾਂ ਹੱਥ ਨਾਲ ਲਿਖੀ ਕਿਤਾਬ ਖਰੜਾ, ਜੋ ਦਿਲ ਵਿੱਚ ਦੁਸ਼ਮਣੀ ਜਾਂ ਬਦਲੇ ਦੀ ਭਾਵਨਾ ਰੱਖਦਾ ਹੋਵੇ ਖੋਰੀ, ਉਹ ਰਾਜ ਜੋ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਇਆ ਜਾਵੇ ਗਣਤੰਤਰ, ਸੂਣ ਵਾਲੀ ਮੱਝ ਜਾਂ ਗਾਂ ਗੱਬਣ, ਜੋ ਧੋਖਾ ਦੇਵੇ ਅਤੇ ਔਖੇ ਵੇਲੇ ਸਾਥ ਛੱਡ ਦੇਵੇ ਗਦਾਰ, ਜਿਹੜਾ ਬਹੁਤਾ ਗੱਲਾਂ ਕਰੇ ਜਾਂ ਬਹੁਤੀਆਂ ਗੱਲਾਂ ਕਰੇ ਗਾਲੜੀ, ਗੰਢਾ ਕੱਪਣ ਜਾਂ ਚੁੱਕਣ ਵਾਲਾ ਗੰਢ ਤਾਂ ਕੱਪ, ਜਿਹੜਾ ਛੇਤੀ ਗੁੱਸੇ ਹੋ ਜਾਵੇ ਗੁਸੈਲਾ, ਜਿਹੜਾ ਨੱਕ ਵਿੱਚ ਬੋਲੇ ਗੁਣਗੁਣਾ, ਇਸ ਤਰ੍ਹਾਂ ਨਾਲ ਜਿਸ ਵਿੱਚ ਕੋਈ ਗੁਣ ਹੋਵੇ ਗੁਣਕਾਰੀ, ਜਿਹੜਾ ਕਿਸੇ ਆਪਣੇ ਮਤਲਬ ਦੀ ਗੱਲ ਸੁਣੇ ਘੇਸਲਾ, ਜੇ ਸੁਣ ਕੇ ਵੀ ਪ੍ਰਗਟ ਕਰੇ ਤਾਂ ਸੁਣਿਆ ਹੀ ਨਹੀਂ ਘੋਗਲ ਕੰਨਾ, ਚਾਰ ਪੈਰਾਂ ਵਾਲਾ ਜਾਨਵਰ ਚੁਪਾਇਆ, ਚਾਰ ਮੂੰਹ ਵਾਲਾ ਜਾਨਵਰ ਚੋ ਮੁਖੀਆ, ਉਹ ਧਰਤੀ
ਜਿਹੜੀ ਖੂਹ ਦੇ ਪਾਣੀ ਨਾਲ ਸਿੰਜੀ ਚਾਈ ਚਾਹੀ ਜਿਹੜਾ ਪਸ਼ੂ ਰੱਜ ਕੇ ਪੱਠੇ ਖਾਂਦਾ ਹੋਵੇ ਚਾਰੂ ਜਿੱਥੇ ਚਾਰੇ ਪਾਸੇ ਰਸਤੇ ਨਿਕਲਦੇ ਹੋਣ ਚੁਰਾਹਾ ਜਾਂ ਚੁਰਸਤਾ ਜਿਸ ਦੀ ਰਾਜ ਚਾਰੇ ਪਾਸੇ ਫੈਲਿਆ ਹੋਵੇ ਚੱਕਰਵਤੀ ਭਾਰੀ ਮੁਨਾਫੇ ਵਿੱਚ ਵਸਤਾਂ ਦੀ ਚੋਰੀ ਅਤੇ ਨਿਯਤ ਭਾਰ ਤੋਂ ਵਧੇਰੇ ਵੇਚਣਾ ਚੋਰ ਬਜ਼ਾਰੀ। ਇਸ ਤਰ੍ਹਾਂ ਨਾਲ ਸਾਡੇ ਕੋਲ ਅੱਗੇ ਹੈ ਪਸ਼ੂਆਂ ਦਾ ਇਕੱਠ ਵੱਗ ਜਾਂ ਚੋਣਾ ਜੋ ਜਰਾ ਜਰਾ ਗੱਲ 'ਤੇ ਖਿੱਚ ਜਾਵੇ ਚਿੜਚਿੜਾ ਹੱਥਾਂ ਨਾਲ ਮੂਰਤਾਂ ਬਣਾਉਣ ਵਾਲਾ ਚਿੱਤਰਕਾਰ ਜਿਸ ਨਾਲ ਬਰਾਦਰੀ ਨਾਲ ਮਿਲਵਰਤਨ ਨਾ ਕਰੇ ਛੇਕਿਆ ਉਹ ਤੀਵੀਂ ਜਿਸ ਨੂੰ ਪਤੀ ਨੇ ਛੱਡ ਦਿੱਤਾ ਹੋਵੇ ਛੁੱਟੜ ਪਹਿਲਵਾਨਾਂ ਦੇ ਘੋਲ ਦਾ ਦਿਖਾਵਾ ਛਿੰਝ ਘਰ ਵਿੱਚ ਪਹਿਲਾਂ ਹੋਇਆ ਪੁੱਤਰ ਜਾਂ ਪੁੱਤਰੀ ਜੇਠਾ ਜੇਠੀ ਪਲੇਠਾ ਜਾਂ ਪਲੇਠੀ। ਇਸ ਤਰ੍ਹਾਂ ਨਾਲ ਪਾਣੀ ਵਿੱਚ ਰਹਿਣ ਵਾਲਾ ਜੀਵ ਜਲਚਰ ਜਾਂ ਜਲ ਜੀਵ ਦੂਜਿਆਂ ਨਾਲ ਬੀਤੀ ਗੱਲ ਜਾਂ ਕਹਾਣੀ ਜੱਗ ਬੀਤੀ ਇੱਕੋ ਵਾਰੀ ਜੰਮੇ ਦੋ ਬੱਚੇ ਜੋੜੇ ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲਾ ਜੋਹਰੀ ਉਹ ਆਦਮੀ ਜਿਸ ਦਾ ਸੁਭਾਅ ਇਸਤਰੀ ਵਰਗਾ ਹੋਵੇ ਜਨਾਨੜਾ ਉਚਕਿਆਂ ਦੀ ਟੋਲੀ ਜੁੰਡਲੀ ਉਹ ਆਦਮੀ ਜੋ ਇਸਤਰੀ ਦੇ ਅਧੀਨ ਹੋਵੇ ਝੁੰਡੂ ਜਿਸ ਆਦਮੀ ਦੀ ਇੱਕ ਬਾਂਹ ਨਾ ਹੋਵੇ ਟੁੰਡਾ ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ ਟਕਸਾਲ ਇੱਕੋ ਥਾਂ ਤੋਂ ਦੂਜੀ ਥਾਂ ਘੁੰਮਣ ਵਾਲੇ ਲੋਕ ਟੱਪਰੀਵਾਸ ਮੀਂਹ ਤੋਂ ਬਾਅਦ ਚੱਲਣ ਵਾਲੀ ਠੰਡੀ ਹਵਾ ਠੱਕਾ ਜਿਸ 'ਤੇ ਕਈ ਗੱਲ ਦਾ ਅਸਰ ਨਾ ਹੋਵੇ ਢੀਠ ਗਲੀ ਗਲੀ ਢੰਡੋਰਾ ਪਿੱਟਣ ਵਾਲਾ ਢੰਡੋਰਚੀ ਜੋ ਢੋਲ ਵਜਾਉਂਦਾ ਹੈ ਢੋਲੀ ਉਹ ਆਦਮੀ ਜੋ ਦੁਨੀਆ ਨਾਲੋਂ ਸੰਬੰਧ ਤੋੜ ਲਵੇ ਤਿਆਗੀ ਚਰਖਾ ਕੱਤਣ ਵਾਲੀ ਕੁੜੀਆਂ ਦਾ ਇਕੱਠ ਤਰੰਜਣ ਉਹ ਥਾਂ ਜਿੱਥੇ ਘੋੜੇ ਵੱਜਦੇ ਹੋਣ ਤਬੇਲਾ ਜੋ ਥੋੜ੍ਹਾ ਚਿਰ ਰਵੇ ਥੋੜ੍ਹਾ ਚਿਰੀ ਜਾਂ ਥੋੜ੍ਹਾ ਚਿਰ ਜਾਂ ਵਕਤੀ ਜੋ ਵਿਅਕਤੀ ਅੰਦਰੋਂ ਖਾਲੀ ਹੋਵੇ ਥੋਥਾ ਖੁਸ਼ਕੀ 'ਤੇ ਰਹਿਣ ਵਾਲਾ ਜੀ ਖਲਚਰ। ਇਸ ਤਰ੍ਹਾਂ ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਦੀਵਾਲੀਆ ਜੋ ਭੈੜੇ ਕੰਮਾਂ ਵਿੱਚ ਫਸਿਆ ਹੋਵੇ ਦੁਰਾਚਾਰੀ ਜਿਸ ਦੇਸ਼ ਨਾਲ ਗਦਾਰੀ ਕੀਤੀ ਹੋਵੇ ਦੇਸ਼ ਧਰੋਹੀ ਜਿਸ ਕੋਲ ਬਹੁਤ ਧਨ ਹੋਵੇ ਧਨਾੜ ਜਿਸ ਰਾਜ ਵਿੱਚ ਅਨਿਆਂ ਹੀ ਅਨਿਆਂ ਹੋਵੇ ਧੱਕੇਸ਼ਾਹੀ ਪਤੀ ਜਾਂ ਪਤਨੀ ਜਾਂ ਨਾਨਾ ਨਾਨੀ ਨਨੇਉਰਾ ਜਾਂ ਨਨੇਸ ਜਦ ਰਾਜ ਤਾਕਤ ਸਰਕਾਰੀ ਨੌਕਰਾਂ ਦੇ ਹੱਥ ਹੋਵੇ ਨੌਕਰਸ਼ਾਹੀ ਜਿਹੜਾ ਵਫ਼ਾਦਾਰ ਨਾ ਹੋਵੇ ਨਮਕ ਹਰਾਮ ਜੋ ਵਿਅਕਤੀ ਕੋਈ ਕੰਮ ਨਾ ਕਰੇ ਅਤੇ ਵਿਹਲੀਆਂ ਖਾਵੇ ਨਿਖੱਟੂ ਉਹ ਸ਼ਬਦ ਜਿਸ ਦਾ ਕੋਈ ਅਰਥ ਨਾ ਨਿਕਲੇ ਨਿਰਾਰਥਕ ਜਿਹੜਾ ਆਦਮੀ ਕਿਸੇ ਵੀ ਧਰਮ ਨਾਲ ਪੱਖਪਾਤ ਨਾ ਕਰੇ ਨਿਰਪੱਖ ਉਹ ਵਿਅਕਤੀ ਜੋ ਕਿਸੇ ਮਾਮਲੇ ਵਿੱਚ ਨਾ ਉਲਝੇ ਨਿਰਪੇਖ ਜੋ ਹਰ ਵੇਲੇ ਢੇਂਦੀ ਕਲਾ ਵਿੱਚ ਹੋਵੇ ਨਿਰਾਸ਼ਾਵਾਦੀ ਜੋ ਕਿਸੇ ਨਾਲ ਵੈਰ ਨਾ ਕਰੇ ਨਿਰਵੈਰ ਜਿਸ ਆਦਮੀ ਦਾ ਕੋਈ ਦੋਸ਼ ਨਾ ਹੋਵੇ ਨਿਰਦੋਸ਼ ਜਿਹੜਾ ਬੇਸ਼ਰਮ ਹੋਵੇ ਨਿਰਲਜ ਜੋ ਪਰਮਾਤਮਾ ਨੂੰ ਨਾ ਬੰਨੇ ਨਾਸਤਕ ਜੋ ਹੋਰਨਾਂ ਦਾ ਭਲਾ ਕਰੇ ਪਰਉਪਕਾਰੀ ਤੀਵੀਆਂ ਦੇ ਇਸ਼ਨਾਨ ਲਈ ਬਣੀ ਹੋਈ ਨਿਵੇਕਲੀ ਥਾਂ ਚੋਣਾ ਪਿਓ ਦਾਦੇ ਦੀ ਗੱਲ ਪਿਤਾ ਪੁਰਖੀ ਪਿਤਾ ਪੁਰਖੀ ਪੈਦਲ ਸਫ਼ਰ ਕਰਨ ਵਾਲਾ ਪਾਂਧੀ ਜਿਹੜਾ ਕੁਝ ਆਦਮੀ ਵੱਲੋਂ ਚੁਣਿਆ ਜਾਂਦਾ ਹੋਵੇ ਪ੍ਰਤੀਨਿਧ ਬਹੁਤ ਇੱਜ਼ਤ ਆਬਰੂ ਵਾਲਾ ਪਤਵੰਤਾ ਦੂਜਿਆਂ ਨੂੰ ਰਾਹ ਦਿਖਾਉਣ ਵਾਲਾ ਪਥ ਪ੍ਰਦਰਸ਼ਕ ਜਿਹੜਾ ਕਿਸੇ ਦਾ ਪੱਖ ਕਰੇ ਪੱਖਵਾਦੀ ਜੋ ਨਿਰੀਆਂ ਗੱਪਾਂ ਮਾਰਨ ਦਾ ਆਦੀ ਹੋਵੇ ਟੋਕਰ ਦੁੱਧ ਦੇਰੋਂ ਹਟ ਗਈ ਚੁੱਕੀ ਮੱਝ ਜਾਂ ਗਾਂ ਫੰਡੜ ਜਾਂ ਫਰਟ ਜਿਹੜੀ ਜਾਂ ਜਿਹੜਾ ਇੱਕ ਅਸੂਲ 'ਤੇ ਨਾ ਠਹਿਰੇ ਫੇਰਵਾ ਚੁੱਲ੍ਹਾ ਮਤਲਬ ਹੱਲ ਕਰਕੇ ਮੁੜ ਬਾਤ ਨਾ ਪੁੱਛਣ ਵਾਲਾ ਫਸਲੀ ਬਟੇਰਾ ਫਜ਼ੂਲ ਗੱਲਾਂ ਕਰਨ ਵਾਲਾ ਬੜਬੋਲਾ ਜਿਸ ਬੰਦੇ ਦਾ ਸਾਰੀ ਉਮਰ ਵਿਆਹ ਨਾ ਹੋਵੇ ਬ੍ਰਹਮਚਾਰੀ ਜਾਂ ਛੜਾ ਸਾਲ ਪਿੱਛੋਂ ਆਈ ਮਰਨ ਤਰੀਕ ਬਰਸੀ
ਬਾਲਪਨ ਵਿੱਚ ਜਿਸ ਦਾ ਪਤੀ ਮਰ ਜਾਏ ਬਾਲ ਵਿਧਵਾ ਬਹੁਤਿਆਂ ਦੀ ਰਾਏ ਬਹੁਸਮਤੀ ਜਿਹੜੀ ਝਾੜੀਆਂ ਵਾਲੀ ਜ਼ਮੀਨ ਦਰਿਆ ਦੇ ਕੰਢੇ ਹੋਵੇ ਬੇਲਾ ਦਰਿਆ ਦਾ ਉਹ ਹਿੱਸਾ ਜਿੱਥੇ ਰੇਤ ਜਮ੍ਹਾਂ ਹੋ ਰਹੀ ਹੋਵੇ ਬੇਟ ਦਰਿਆ ਦੇ ਵਿਚਕਾਰ ਸੁੱਕੀ ਥਾਂ ਬਰੇਤਾ ਜਿਹੜਾ ਕਈ ਰੂਪ ਧਾਰ ਲਵੇ ਬਹੁ ਰੂਪੀਆ ਉਹ ਧਰਤੀ ਜਿਸ ਦੀ ਸਿੰਚਾਈ ਦਾ ਕੋਈ ਵੀ ਪ੍ਰਬੰਧ ਨਾ ਹੋਵੇ ਬੰਜਰ ਇਸ ਤਰ੍ਹਾਂ ਬੀਤਿਆ ਹੋਇਆ ਸਮਾਂ ਭੂਤਕਾਲ ਭੰਗ ਪੀਣ ਵਾਲਾ ਭੰਗੜ ਜਾਂ ਭੰਗੀ ਹੋਰਨਾਂ ਦੀ ਵੇਖਾ ਵੇਖੀ ਕਰਨ ਵਾਲਾ ਭੇਡ ਚਾਲ ਜਿਹੜਾ ਫੌਜ ਵਿੱਚੋਂ ਨਸ ਆਇਆ ਹੋਵੇ ਭਗੋੜਾ ਉਹ ਬੋਲੀ ਜੋ ਮਾਂ ਦੇ ਦੁੱਧ ਨਾਲ ਸਿੱਖੀ ਜਾਵੇ ਮਾਤ ਬੋਲੀ ਜਾਂ ਮਾਂ ਬੋਲੀ ਜਿਹੜੀ ਧਰਤੀ ਰੇਤਲੀ ਹੋਵੇ ਮੈਰਾ ਮਾਸ ਖਾਣ ਵਾਲਾ ਮਾਸਾਹਾਰੀ ਉਹ ਚੀਜ਼ ਜਿਹੜੀ ਕਿਸੇ ਕੋਲ ਮੰਗੀ ਜਾਵੇ ਮੰਗਵੀ ਹਿੱਸੇ 'ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲਾ ਕਿਸਾਨ ਮੁਜ਼ਾਹਰਾ ਉਹ ਆਦਮੀ ਜਾਂ ਇਸਤਰੀ ਜੋ ਗੱਲਾਂ ਘੱਟ ਕਰੇ ਪਰ ਇੱਕੋ ਵਿੱਚੋਂ ਚਲਾਕੀ ਵਿਖਾਵੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮੀਸਣਾ ਜਾਂ ਮੀਸਣੀ ਜਿਹੜੀ ਕੁੜੀ ਵਿੱਚ ਮੁੰਡਿਆਂ ਵਾਲੀਆਂ ਆਦਤਾਂ ਹੋਣ ਮਾਹੀ ਮੁੰਡਾ ਮਾਇਆ ਨਾਲੋਂ ਬਹੁਤ ਮੋਹ ਕਰਨ ਵਾਲਾ ਮਾਇਆਧਾਰੀ ਆਪਣੀ ਮਰਜ਼ੀ ਕਰਨ ਵਾਲਾ ਮਨਮਤੀਆ ਜਿਹੜਾ ਸਮੁੰਦਰ ਵਿੱਚੋਂ ਚੁੱਭੀਆਂ ਮਾਰ ਕੇ ਮੋਤੀ ਲੱਭੇ ਮਰਜ਼ੀ ਵੜਾ ਜਿਹੜਾ ਕੇਵਲ ਆਪਣੇ ਮਤਲਬ ਦੀ ਗੱਲ ਕਰੇ ਮਤਲਬੀ ਲਾ ਕੇ ਕਹੀ ਗਈ ਗੱਲ ਮਿਹਨਾ ਜਿਸ ਜ਼ਮੀਨ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ ਮਾਰੂਥਲ ਜੰਗ ਵਿੱਚ ਬਣਾਏ ਕੈਦੀ ਯੁੱਧਬੰਦੀ ਜਿਹੜੀ ਤਾਕਤ ਹੋਵੇ ਜਾਂ ਤਾਕਤ ਅਨੁਸਾਰ ਜਥਾ ਸ਼ਕਤੀ ਜਿੱਥੇ ਯਤੀਮਾਂ ਨੂੰ ਰੱਖਿਆ ਜਾਵੇ ਯਤੀਮਖਾਨਾ ਜਿਸ ਦੇ ਮਾਪੇ ਜਾਂ ਮਾਂ ਬਾਪ ਮਰ ਗਏ ਹੋਣ ਯਤੀਮ ਉਹ ਰਾਜ ਜਿਸ ਵਿੱਚ ਸਭ ਸੁਖੀ ਹੋਣ ਰਾਮ ਰਾਜ ਪਤੀ ਦਾ ਗੁਲਾਮ ਰਨ ਮੁਰੀਦ ਜਾਂ ਪਤਨੀ ਦੀ ਆਮ ਅਮਨ ਚੈਨ ਦੀ ਅਨਹੋਦ ਰਾਮ ਲੋਲਾ ਉਹ ਮਰਦ ਜਿਸ ਦੀ ਪਤਨੀ ਮਰ ਗਈ ਹੋਵੇ ਰੰਡਾ ਉਹ ਤੀਵੀਂ ਜਿਸ ਦਾ ਪਤੀ ਮਰ ਗਿਆ ਹੋਵੇ ਰੰਡੀ ਜਾਂ ਵਿਧਵਾ ਜਿਸ ਰਾਜ ਦੀ ਤਾਕਤ ਆਮ ਲੋਕਾਂ ਦੇ ਚੁਣੇ ਪ੍ਰਤੀਨਿਧ ਦੇ ਹੱਥ ਵਿੱਚ ਹੋਵੇ ਲੋਕ ਰਾਜ ਜਿਸ ਦਾ ਕੋਈ ਮੁਕਾਬਲਾ ਨਾ ਹੋਵੇ ਲਾਸਾਨੀ ਜੋ ਹਰ ਕਿਸੇ ਦੇ ਆਖੇ ਲੱਗ ਕੇ ਕੰਮ ਕਰੇ ਲਾਈ ਲੱਗ ਜਿਹੜਾ ਦੋ ਆਦਮੀਆਂ ਵਿਚਕਾਰ ਗੱਲਬਾਤ ਕਰਾਏ ਵਿਚੋਲਾ ਵਿਸ਼ਵਾਸ ਗਵਾ ਕੇ ਫਿਰ ਜਾਣ ਵਾਲਾ ਵਿਸ਼ਵਾਸ ਘਾਤੀ ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਕ ਕਵਿਤਾ ਵਾਰ ਮੌਤ ਤੋਂ ਪੂਰੇ ਸਾਲ ਬਾਅਦ ਆਈ ਤਰੀਕ ਵਰੀਨਾ ਵਿਆਹ ਤੋਂ ਪੂਰੇ ਸਾਲ ਬਾਅਦ ਆਈ ਉਹੀ ਤਰੀਕ ਵਰਜ ਜਾਂ ਸਾਲ ਪਿੱਛੋਂ ਆਈ ਜਨਮ ਦੀ ਉਹੀ ਤਰੀਕ ਵਰੇਗੰਢ ਜਿਸ ਨੂੰ ਵੱਡੀ ਲੈਣ ਦੀ ਆਦਤ ਪੈ ਜਾਏ ਵੱਡੀ ਖੋਰ ਜਿਸ ਕੰਮ ਤੋਂ ਬਿਨਾਂ ਕੁਝ ਲਏ ਕੀਤਾ ਜਾਵੇ ਵਗਾਰ ਉਹ ਜਾਇਦਾਦ ਜਿਹੜੀ ਵੱਡੇ ਵਡੇਰਿਆਂ ਪਾਸੋਂ ਮਿਲੇ ਵਿਰਸਾ ਤਾਂ ਇਹ ਸੀ ਪਿਆਰੇ ਦੋਸਤੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨਾਲ ਮਹੱਤਵਪੂਰਨ ਸੰਬੰਧਿਤ ਹੁਣ ਅਸੀਂ ਇਹਦੇ ਵਿੱਚ ਜੋ ਤੁਹਾਨੂੰ ਪ੍ਰਸ਼ਨਾਵਲੀ ਦੇ ਵਿੱਚ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਤਾਂ ਉਹ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਉਹ ਕੁਝ ਉਦਾਹਰਣਾਂ ਲੈ ਕੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਰੇਕ ਪ੍ਰਸ਼ਨ ਦੇ ਉੱਪਰ ਦਿੱਤੇ ਗਏ ਵਾਕ ਉਪਰੰਤ ਵਜੋਂ ਚਾਰ ਚਾਰ ਵਿਕਲਪ ਦਿੱਤੇ ਗਏ ਹੋਣਗੇ ਜਿਨ੍ਹਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰਨੀ ਹੈ ਬਹੁ ਵਿਕਲਪਾਂ ਦੇ ਵਿੱਚੋਂ ਅਤੇ ਕਈ ਵਾਰੀ ਇੱਦਾਂ ਵੀ ਹੋ ਸਕਦਾ ਵੀ ਵਿਕਲਪ ਦਿੱਤੇ ਹੋਣ ਉਸਦਾ ਸਹੀ ਵਾਕ ਚੁਣਨਾ ਹੋਵੇ ਇਹ ਵੀ ਇਸ ਤਰ੍ਹਾਂ ਵੀ ਆ ਸਕਦੇ ਆ ਜਾਂ ਵਿਕਲਪ ਦੇ ਰਾਹੀਂ ਵੀ ਆ ਸਕਦੇ ਨੇ ਦੋਨੋਂ ਰੂਪਾਂ ਦੇ ਵਿੱਚ ਤੁਹਾਨੂੰ ਪੂਰਨ ਤੌਰ 'ਤੇ ਇਹ ਯਾਦ ਹੋਣੇ ਚਾਹੀਦੇ ਆ ਤਾਂ ਕਿ ਅਸੀਂ ਇਹਨਾਂ ਨਾਲ ਚੰਗੀ ਤਰ੍ਹਾਂ ਨਾਲ ਅਭਿਆਸ ਜਿਹੜਾ ਇਹ ਕਰ ਸਕੀਏ ਜਿਸ ਤਰ੍ਹਾਂ ਨਾਲ ਪਹਿਲਾ ਹੈ ਬਹੁ ਵਿਕਲਪੀ ਰੱਬ ਨੂੰ ਨਾ ਮੰਨਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਰੱਬ ਨੂੰ ਨਾ ਮੰਨਣ ਵਾਲੇ ਨੂੰ ਨਾਸਤਕ ਕਿਹਾ ਜਾਂਦਾ ਹੈ ਉਹ ਥਾਂ ਨੂੰ ਕੀ ਕਹਿੰਦੇ ਨੇ ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਹਨ ਤਾਂ ਉਹਨੂੰ ਕਿਹਾ ਜਾਂਦਾ ਹੈ ਅਖਾੜਾ ਯੋਧਿਆਂ ਦੀ ਮਹਿਮਾ ਵਿੱਚ ਲਿਖੀ ਗਈ ਬਿਰਤਾਂਤਕ ਕਵਿਤਾ ਨੂੰ ਕੀ ਕਿਹਾ ਜਾਂਦਾ ਹੈ ਯੋਧਿਆਂ ਦੀ ਮਹਿਮਾ ਦੇ ਵਿੱਚ ਲਿਖੀ ਗਈ ਕਵਿਤਾ ਨੂੰ ਵਾਰ ਕਿਹਾ ਜਾਂਦਾ ਹੈ
ਤਾਂ ਇਸ ਤਰ੍ਹਾਂ ਨਾਲ ਪਤੀ ਦੇ ਵੱਡੇ ਭਰਾ ਨੂੰ ਕੀ ਕਿਹਾ ਜਾਂਦਾ ਹੈ? ਪਤੀ ਦੇ ਵੱਡੇ ਭਰਾ ਨੂੰ ਜੇਠ ਕਿਹਾ ਜਾਂਦਾ ਹੈ। ਜਿਹੜਾ ਕਿਸੇ ਦੀ ਕੀਤੀ ਹੋਈ ਨੇਕੀ ਨਾ ਜਾਣੇ ਉਸਨੂੰ ਕੀ ਕਿਹਾ ਜਾਂਦਾ ਹੈ? ਅਕ੍ਰਿਤ ਕੰਨ ਕਿਹਾ ਜਾਂਦਾ ਹੈ। ਉਹ ਪਾਠ ਜੋ ਆਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਹੋ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ? ਅਖੰਡ ਪਾਠ। ਬਹੁਤ ਵਧਾ ਚੜਾ ਕੇ ਕਹੀ ਗਈ ਗੱਲ ਨੂੰ ਕੀ ਕਿਹਾ ਜਾਂਦਾ ਹੈ? ਅਤਿਕਥਨੀ। ਜਿਹੜੀ ਫਸਲ ਸਮੇਂ ਤੋਂ ਪਹਿਲਾਂ ਬੀਜੀ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ? ਅਗੇਤੀ। ਜਿਸਦੇ ਮਾਂ ਪਿਓ ਨਾ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ? ਯਤੀਮ। ਜਿਸ ਸਾਲ ਮੀਂਹ ਨਾ ਪਿਆ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਸੋਕਾ। ਜੋ ਜ਼ਖਮ ਸੱਜਰਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਅੱਲਾ। ਜਿੱਥੇ ਸਿੱਕੇ ਘੜੇ ਜਾਂਦੇ ਹਨ ਉਸਨੂੰ ਕੀ ਕਿਹਾ ਜਾਂਦਾ ਹੈ? ਟਕਸਾਲ। ਜਿਹੜਾ ਪੈਸੇ ਨਾ ਖਰਚ ਕਰਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਕੰਜੂਸ। ਸੋਨੇ ਦੇ ਗਹਿਣੇ ਬਣਾਉਣ ਵਾਲੇ ਅਤੇ ਵੇਚਣ ਵਾਲਾ ਕੌਣ ਕੀ ਕਿਹਾ ਜਾਂਦਾ ਹੈ? ਸੁਨਿਆਰਾ। ਕੱਪੜੇ ਸਿਉਣ ਵਾਲਾ ਕੌਣ ਹੁੰਦਾ ਹੈ? ਦਰਜੀ। ਮਠਿਆਈ ਬਣਾਉਣ ਵਾਲਾ ਅਤੇ ਵੇਚਣ ਵਾਲਾ ਕੌਣ ਹੁੰਦਾ ਹੈ? ਹਲਵਾਈ। ਦਿਓਰ ਦੀ ਵੋਟੀ ਨੂੰ ਕੀ ਕਿਹਾ ਜਾਂਦਾ ਹੈ? ਦਿਓਰਾਣੀ। ਪਤੀ ਦੇ ਛੋਟੇ ਭਰਾ ਨੂੰ ਕੀ ਕਿਹਾ ਜਾਂਦਾ ਹੈ? ਦਿਓਰ। ਪਤੀ ਦੀ ਭੈਣ ਨੂੰ ਕੀ ਕਿਹਾ ਜਾਂਦਾ ਹੈ? ਨਨਾਣ। ਜੇਠ ਦੀ ਵੋਟੀ ਨੂੰ ਕੀ ਕਿਹਾ ਜਾਂਦਾ ਹੈ? ਜੇਠਾਣੀ। ਪਿੰਡ ਦੀ ਸਾਂਝੀ ਥਾਂ ਨੂੰ ਕੀ ਕਿਹਾ ਜਾਂਦਾ ਹੈ? ਸ਼ਾਮਲਾਟ। ਜਿਸ ਜ਼ਮੀਨ 'ਤੇ ਕੁਝ ਨਾ ਉੱਗੇ ਉਸਨੂੰ ਕੀ ਕਿਹਾ ਜਾਂਦਾ ਹੈ? ਬੰਜਰ। ਇਸ ਤਰ੍ਹਾਂ ਨਾਲ ਮਜ਼ਦੂਰੀ ਦਿੱਤੇ ਬਿਨਾਂ ਕੰਮ ਕਰਾਵਣ ਨੂੰ ਕਿਹਾ ਜਾਂਦਾ ਹੈ? ਵਗਾਰ। ਦੂਜਿਆਂ ਦਾ ਭਲਾ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਪਰਉਪਕਾਰੀ। ਜੋ ਅੱਜ ਕੱਲ੍ਹ ਦੇ ਸਮੇਂ ਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਅਜੋਕਾ। ਚੂੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਵਣਜਾਰਾ। ਗੁੱਜੇ ਭੇਦਾਂ ਨੂੰ ਲੱਭਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਸੁਹੀਆ। ਸਾਰਿਆਂ ਦੀ ਇੱਕ ਰਾਏ ਨੂੰ ਕੀ ਕਿਹਾ ਜਾਂਦਾ ਹੈ? ਸਰਬਸੰਮਤੀ। ਉਹ ਮੱਝ ਜਾਂ ਗਾਂ ਜਿਸ ਦੀ ਧਾਰ ਸੌਖੀ ਨਾ ਨਿਕਲਦੀ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਆਮ ਤੌਰ ਦੇ ਉੱਤੇ ਕਰੂੜ। ਉਹ ਕੁੜੀ ਜਿਸ ਦਾ ਪਤੀ ਨਿੱਕੀ ਉਮਰ 'ਚ ਮਰ ਗਿਆ ਹੋਵੇ ਬਾਲ ਵਿਧਵਾ। ਉਹ ਬੱਚਾ ਜਿਸ ਦੀ ਹਰ ਗੱਲ ਮੰਨੀ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ? ਛਿੰਦਾ। ਉਹ ਥਾਂ ਜਿੱਥੇ ਚੌਂ ਪਾਸਿਆਂ ਰਸਤਾ ਨਿਕਲਦਾ ਹੋਣ, ਚੁਰਸਤਾ। ਜਿਹੜਾ ਦਿਲ ਦੀਆਂ ਜਾਣੇ ਉਸਨੂੰ ਕੀ ਕਿਹਾ ਜਾਂਦਾ ਹੈ? ਅੰਤਰਯਾਮੀ। ਹੀਰੇ ਜਵਾਹਰਾਤ ਦਾ ਵਪਾਰ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਜੋਹਰੀ। ਇਸ ਤਰ੍ਹਾਂ ਨਾਲ ਸਾਡੇ ਕੋਲ ਅੱਗੇ ਆ ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਸਦੀ ਆਪਣੀ ਜੀਵਨੀ ਲਿਖੀ ਗਈ ਹੋਵੇ, ਸਵੈ ਜੀਵਨੀ। ਉਹ ਆਦਮੀ ਜਿਸ ਕੋਲ ਕਰਜ਼ਾ ਲਾਉਣ ਲਈ ਪੈਸੇ ਨਾ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ? ਦੀਵਾਲਿਆ। ਜਿਸ ਵਿੱਚ ਨਵੀਆਂ ਅਤੇ ਉਸਾਰੂ ਰੁਚੀਆਂ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ? ਅਗਰਗਾਮੀ। ਦੂਜਿਆਂ ਦੇ ਕੰਮਾਂ ਵਿੱਚ ਬੇਮਤਲਬ ਦਖਲ ਦੇਣ ਵਾਲਾ ਉਸਨੂੰ ਕੀ ਕਿਹਾ ਜਾਂਦਾ ਹੈ? ਖੜਪੈਂਚ। ਉਹ ਥਾਂ ਜਿੱਥੇ ਪਸ਼ੂ ਬੱਝਦੇ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ? ਜਿੱਥੇ ਪਸ਼ੂਆਂ ਨੂੰ ਜਾਂ ਬੰਨਿਆ ਜਾਂਦਾ ਹੈ ਉਹਨੂੰ ਆਮ ਤੌਰ 'ਤੇ ਪਿਛਵਾੜਾ ਕਹਿ ਦਿੱਤਾ ਜਾਂਦਾ ਹੈ। ਉਹ ਟਾਕਰਾ ਜਿਸ ਵਿੱਚ ਬਹੁਤਿਆਂ ਦੀ ਘਾਣ ਹੋ ਜਾਵੇ ਉਸਨੂੰ ਕੀ ਕਿਹਾ ਜਾਂਦਾ ਹੈ? ਘੱਲੂ ਘਾਰਾ। ਉਹ ਆਦਮੀ ਜਿਹੜੇ ਇੱਕ ਥਾਂ 'ਤੇ ਨਾ ਟਿਕਣ ਨਾ ਦੂਜੇ ਥਾਂ 'ਤੇ ਟਿਕਦੇ ਹੋਣ ਉਹਨਾਂ ਨੂੰ ਕੀ ਕਹਿੰਦੇ ਨੇ? ਟੱਪਰੀ ਵਾਸ। ਲੋਕਾਂ ਨੂੰ ਵਿਆਜ 'ਤੇ ਰੁਪਈਏ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਸ਼ਾਹ ਜਾਂ ਸ਼ਾਹੂਕਾਰ। ਚਰਖਾ ਕੱਤਣ ਵਾਲੀ ਕੁੜੀਆਂ ਦੇ ਇਕੱਠ ਨੂੰ ਕੀ ਕਿਹਾ ਜਾਂਦਾ ਹੈ? ਤਿਰੰਜਣ। ਉਹ ਥਾਂ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਕੀ ਕਿਹਾ ਜਾਂਦਾ ਹੈ? ਤਾਂ ਆਮ ਤੌਰ 'ਤੇ ਜਿੱਥੇ ਮੁਰਦੇ ਸਾੜੇ ਜਾਂਦੇ ਨੇ ਤਾਂ ਉਹਨਾਂ ਨੂੰ ਆਮ ਤੌਰ 'ਤੇ ਮੁਰਦੇ ਸਾੜਨ ਵਾਲੀ ਥਾਂ ਜਿੱਥੇ ਕਬਰਿਸਤਾਨ ਹੈ, ਮੜੀ ਹੈ, ਸਮਾਧ ਹੈ ਜਾਂ ਮੱਟੀ ਹੈ ਤਾਂ ਆਮ ਤੌਰ 'ਤੇ ਕਬਰਿਸਤਾਨ ਜਿੱਥੇ ਦੱਬਿਆ ਜਾਂਦਾ ਹੈ, ਮੜੀਆਂ ਜਿੱਥੇ ਅੱਗ ਲਗਾ ਕੇ ਉਹਨਾਂ ਨੂੰ ਅੰਤਿਮ ਮੁਰਦੇ ਨੂੰ ਸਾੜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਦੀ ਮੜੀ ਬਣਾ ਦਿੱਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਨਾਲ ਉਹਨੂੰ ਮੜੀ ਕਿਹਾ ਜਾਂਦਾ ਹੈ। ਉਹ ਥਾਂ ਜਿੱਥੇ ਮੁਰਦਿਆਂ ਨੂੰ ਦਬਾਇਆ ਜਾਂਦਾ ਹੈ ਉਸਨੂੰ ਕੀ ਕਹਿੰਦੇ ਨੇ? ਕਬਰਿਸਤਾਨ। ਜਿਹੜਾ ਚੰਗੇ ਸੁਭਾਅ ਵਾਲਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਚੰਗੇ ਸੁਭਾਅ ਵਾਲੇ ਨੂੰ ਅਸੀਂ ਸੁਸ਼ੀਲ ਕਹਿੰਦੇ ਹਾਂ।
ਦੁੱਧ ਦੇਣੋਂ ਹਟ ਗਈ ਗਾਂ ਜਾਂ ਮੱਝ ਨੂੰ ਕੀ ਕਿਹਾ ਜਾਂਦਾ ਹੈ? ਤਾਂ ਆਮ ਤੌਰ 'ਤੇ ਅੱਲੜ ਕਿਹਾ ਜਾਂਦਾ ਹੈ। ਜਿਹੜੀ ਗਊ ਜਾਂ ਮੱਝ ਨਾਗੇ ਪਾ ਕੇ ਦੁੱਧ ਦੇਵੇ ਉਸਨੂੰ ਕੀ ਕਿਹਾ ਜਾਂਦਾ ਹੈ? ਖਾਂਗੜ। ਤਾਂ ਇਸ ਤਰ੍ਹਾਂ ਨਾਲ ਉਹ ਆਦਮੀ ਜਿਹੜਾ ਇਸਤਰੀ ਦੇ ਅਧੀਨ ਹੋਵੇ ਉਸਨੂੰ ਕੀ ਬੋਲਿਆ ਜਾਂਦਾ ਹੈ? ਨੇਸਤੀ, ਨਿਰਲਜ, ਝੁੱਡੂ ਜਾਂ ਮੁਜਾਰਾ। ਤਾਂ ਉਹ ਹੈ ਝੁੱਡੂ। ਤਾਂ ਇਸੇ ਤਰ੍ਹਾਂ ਨਾਲ ਸਾਡੇ ਕੋਲ ਅੱਗੇ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਦਰਿਆ ਦੇ ਵਿੱਚ ਸੁੱਕੀ ਥਾਂ ਨੂੰ ਕੀ ਕਿਹਾ ਜਾਂਦਾ ਹੈ? ਬਰੇਤਾ। ਜਿਹੜਾ ਲੋਕਾਂ ਦੇ ਜ਼ੁਲਮ ਕਰੇ ਉਸਨੂੰ ਕੀ ਕਿਹਾ ਜਾਂਦਾ ਹੈ? ਕੱਟੜ। ਜਿਹੜੇ ਜੰਮੇ ਮੁੰਡੇ ਨੂੰ ਕੀ ਕਹਿੰਦੇ ਨੇ? ਜੋ ਪਹਿਲਾ ਬੱਚਾ ਜੰਮਦਾ ਹੈ ਤਾਂ ਉਸ ਲਈ ਵਰਤਿਆ ਜਾਂਦਾ ਸ਼ਬਦ ਹੈ ਪਲੇਠਾ ਜਾਂ ਜੇਠਾ। ਪਤੀ ਜਾਂ ਪਤਨੀ ਦੇ ਚਾਚੇ ਜਾਂ ਤਾਏ ਨੂੰ ਕੀ ਕਿਹਾ ਜਾਂਦਾ ਹੈ? ਤਾਂ ਪਤੀ ਜਾਂ ਪਤਨੀ ਦੇ ਚਾਚੇ ਜਾਂ ਤਾਏ ਨੂੰ ਪਤਿਉਰਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਨਾਲ ਜਿਸ ਆਦਮੀ ਵਿੱਚ ਬਹੁਤ ਜੋਸ਼ ਹੋਵੇ, ਜੋਸ਼ੀ ਜਾਂ ਜੋਸ਼ੀਲਾ, ਜੁਝਾਰੂ ਜਾਂ ਜ਼ੁਲਮੀ, ਤਾਂ ਇਹਨਾਂ ਵਿੱਚੋਂ ਜੋਸ਼ੀਲਾ। ਜਿਸ ਦੇਸ਼ ਦੀ ਹਕੂਮਤ ਵੱਲੋਂ ਹੋਰ ਦੇਸ਼ ਉੱਪਰ ਹਕੂਮਤ ਕਰਨ ਦੇ ਸਿਧਾਂਤ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹ ਹੈ ਹਕੂਮਤ ਕਰਨ ਦੇ ਵਿੱਚ ਜਿਸ ਨੂੰ ਦੂਜੀ ਸਮਾਜ ਦੇ ਉੱਤੇ ਸਿਧਾਂਤ ਦੇ ਉੱਤੇ ਹਕੂਮਤ ਕਰਦਾ, ਉਹ ਹੈ ਸਾਮਰਾਜਵਾਦ। ਕਿਸੇ ਪ੍ਰਤੀ ਪ੍ਰਗਟ ਕੀਤੀ ਗਈ ਸ਼ਰਧਾ, ਸ਼ਰਧਾਂਜਲੀ, ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ, ਸ਼ਾਹਕਾਰ, ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ ਕੌਮਾਂਤਰੀ, ਜਿਹੜਾ ਕਦੇ ਇੱਕ ਧੜੇ ਨਾਲ ਦੂਜੇ ਧੜੇ ਨਾਲ ਮਿਲਦਾ ਹੋਵੇ, ਚੁਫੇਰ ਗੜੀਆ। ਸੂਣ ਵਾਲੀ ਗਾਂ ਜਾਂ ਮੱਝ ਨੂੰ ਕੀ ਕਿਹਾ ਜਾਂਦਾ ਹੈ? ਗੱਬਣ। ਹਰ ਵੇਲੇ ਕੁੱਟ ਖਾਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਕੁਟੀਚਰ। ਜਿਸ ਦੀ ਕੋਈ ਔਲਾਦ ਨਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਔਂਤਰਾ। ਜਿਹੜਾ ਕਿਸੇ ਦਾ ਪੱਖ ਕਰੇ ਉਸਨੂੰ ਕੀ ਕਿਹਾ ਜਾਂਦਾ ਹੈ? ਪੱਖਪਾਤੀ। ਕਿਸੇ ਖਾਸ ਆਦਮੀ ਕੋਲੋਂ ਮਿਲਣ ਵਾਲੀ ਮੈਂ ਜਾਂ ਗਾਂ ਨੂੰ ਕੀ ਕਿਹਾ ਜਾਂਦਾ ਹੈ? ਖਾਂਗੜ। ਮੀਂਹ ਤੋਂ ਬਾਅਦ ਚੱਲਣ ਵਾਲੀ ਠੰਡਾਈ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹਨੂੰ ਕਿਹਾ ਜਾਂਦਾ ਹੈ ਜੋ ਮੀਂਹ ਤੋਂ ਬਾਅਦ ਠੰਡਾਈ ਚੱਲੇ, ਠੱਕਾ। ਜਿਹੜਾ ਇੱਕ ਅਸੂਲ 'ਤੇ ਨਾ ਠਹਿਰੇ ਉਸਨੂੰ ਕੀ ਕਿਹਾ ਜਾਂਦਾ ਹੈ? ਬਹੁਰੂਪੀਆ, ਫੇਰ ਹੁਚੂਲਾ, ਮਨਮਤੀਆ ਜਾਂ ਵਿਸ਼ਵਾਸਘਾਤੀ। ਤਾਂ ਉਹ ਹੈ ਬਹੁਰੂਪੀਆ। ਬਹੁਤ ਇੱਜ਼ਤ ਆਬਰੂ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਪਤਵੰਤਾ। ਜਿਹੜਾ ਨੱਕ ਵਿੱਚੋਂ ਬੋਲੇ ਉਸਨੂੰ ਕੀ ਕਿਹਾ ਜਾਂਦਾ ਹੈ? ਗੁਣਗੁਣਾਨ। ਜਿਹੜਾ ਰੱਬ 'ਤੇ ਵਿਸ਼ਵਾਸ ਰੱਖੇ ਉਸਨੂੰ ਕੀ ਆਖਦੇ ਨੇ? ਆਸਤਕ। ਇੱਕੋ ਸਮੇਂ ਹੋਣ ਵਾਲੇ ਮਨੁੱਖ ਨੂੰ ਕੀ ਕਹਿੰਦੇ ਨੇ? ਸਮਕਾਲੀ। ਵੱਡੀ ਵੱਡੀ ਹੋਈ ਫਸਲ ਦੇ ਢੇਰ ਨੂੰ ਕੀ ਕਿਹਾ ਜਾਂਦਾ ਹੈ? ਚੋਣਾ। ਰਾਹੋ ਪਟਕੇ ਨੂੰ ਕੀ ਕਿਹਾ ਜਾਂਦਾ ਹੈ? ਕੁਰਾਹਿਆ। ਨਦੀ ਆਦਿ ਦੇ ਕਿਨਾਰੇ 'ਤੇ ਸੰਘਣੇ ਜੰਗਲ ਨੂੰ ਕੀ ਕਿਹਾ ਜਾਂਦਾ ਹੈ? ਬੇਲਾ। ਲੋਕਾਂ ਨੂੰ ਅੰਨ ਦੇਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਅੰਨ ਦੇਣ ਵਾਲਾ, ਜੋ ਲੋਕਾਂ ਨੂੰ ਅੰਨ ਦੇਣ ਦੀ ਕਰਦਾ ਹੈ, ਭੰਡਾਰੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੇ ਫੈਸਲੇ ਨੂੰ ਕੀ ਕਿਹਾ ਜਾਂਦਾ ਹੈ? ਗੁਰਮਤਾ। ਕੱਪੜੇ ਰੰਗਣ ਵਾਲੇ ਨੂੰ ਕੀ ਕਿਹਾ ਜਾਂਦਾ? ਲਲਾਰੀ। ਪਿੰਡ ਦੇ ਚੁਫੇਰੇ ਦੀ ਸੜਕ ਨੂੰ ਕੀ ਕਿਹਾ ਜਾਂਦਾ ਹੈ? ਚੁਫੇਰੇ, ਚਾਰੋਂ ਓਰ ਚੁਰਾਹਾ। ਤਾਂ ਇਸੇ ਤਰ੍ਹਾਂ ਨਾਲ ਅੱਗੇ ਹੈ, ਸਮੇਂ ਦੇ ਅਨੁਕੂਲ ਅਤੇ ਮਰਜ਼ੀ ਅਨੁਸਾਰ ਆਪਣਾ ਰੂਪ, ਆਕਾਰ, ਪ੍ਰਕਾਰ ਅਤੇ ਕਿਰਦਾਰ ਪਰਿਵਰਤਿਤ ਕਰ ਲੈਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਖੁਸ਼ਾਮਦੀ। ਜਿਸ ਦਾ ਕੋਈ ਮੁਕਾਬਲਾ ਨਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਜਿਸਦਾ ਕੋਈ ਵੀ ਮੁਕਾਬਲਾ ਨਾ ਹੋਵੇ, ਲਾਸਾਨੀ। ਉਹ ਤੀਵੀਂ ਜਿਸ ਨੂੰ ਪਤੀ ਨੇ ਛੱਡ ਦਿੱਤਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਛੁੱਟੜ। ਜੋ ਉੱਨਤੀ ਕਰਨ ਵਾਲਾ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਸਦਾਚਾਰੀ, ਹੋਣਹਾਰ, ਗਲੇਖੜ ਜਾਂ ਪਰਉਪਕਾਰੀ, ਹੋਣਹਾਰ। ਜਿਹੜਾ ਦਿਲ ਖੋਲ੍ਹ ਕੇ ਦਾਨ ਕਰੇ ਉਸਨੂੰ ਕੀ ਕਿਹਾ ਜਾਂਦਾ? ਉਦਾਰਚਿਤ। ਉਹ ਧਰਤੀ ਜੋ ਰੇਤਲੀ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ? ਕੱਲਰ, ਸੁਰਲਖੀ, ਸਿਆੜ ਜਾਂ ਮੈਰਾ। ਤਾਂ ਉਸਨੂੰ ਜਿਹੜੀ ਰੇਤਲੀ ਹੋਵੇ ਤਾਂ ਉਸਨੂੰ ਸਿਆੜ। ਲਾ ਕੇ ਕਹੀ ਗਈ ਗੱਲ ਨੂੰ ਕੀ ਕਿਹਾ ਜਾਂਦਾ ਹੈ? ਮੇਨਾ, ਚਹਲਗਲ, ਮੁਨਾਦੀ
ਸੁੱਤਿਆ ਧੁੱਖ ਗਈ ਮਿਹਨਾ, ਉਹ ਧਰਤੀ ਜੋ ਖੂਹ ਦੇ ਪਾਣੀ ਨਾਲ ਸਿੰਜੀ ਜਾਵੇ ਉਸਨੂੰ ਕੀ ਕਹਿੰਦੇ ਹਨ? ਨਹਿਰੀ, ਤੋਕੜ, ਖੁੱਚ ਜਾਂ ਚਾਹੀ? ਜੋ ਧਰਤੀ ਖੂਹ ਦੇ ਪਾਣੀ ਨਾਲ ਸਿੰਚੀ ਜਾਵੇ, ਖੁੱਚ। ਉਹ ਪਸ਼ੂ ਜੋ ਰੱਜ ਕੇ ਪੱਠੇ ਚਰੇ ਉਸਨੂੰ ਕੀ ਕਿਹਾ ਜਾਂਦਾ ਹੈ? ਚਾਰੂ। ਜਿਹੜਾ ਸਮੁੰਦਰ ਵਿੱਚੋਂ ਚੁੱਭੀਆਂ ਮਾਰ ਕੇ ਮੋਤੀ ਲੱਭੇ ਉਸਨੂੰ ਕੀ ਕਿਹਾ ਜਾਂਦਾ ਹੈ? ਮਛੇਰਾ, ਮੋਤੀ ਝਾਗ ਜਾਂ ਮੋਤੀ ਚੂਰ ਜਾਂ ਮਰਜੀਵੜਾ? ਮਰਜੀਵੜਾ ਬੋਲਿਆ ਜਾਂਦਾ। ਦਰਿਆ ਦਾ ਉਹ ਪਾਸਾ ਜਿੱਥੇ ਪਾਣੀ ਕੰਢਾ ਵੰਡ ਰਿਹਾ ਹੋਵੇ ਉਸਨੂੰ ਕੀ ਕਿਹਾ ਜਾਂਦਾ? ਢਾਹਾ, ਬੇਟ, ਢੱਕੀ ਜਾਂ ਢਾਰਾ? ਤਾਂ ਉਹਨੂੰ ਕਿਹਾ ਜਾਂਦਾ ਹੈ ਢਾਰਾ। ਜਿਹੜਾ ਕੇਵਲ ਆਪਣੇ ਮਤਲਬ ਦੀ ਗੱਲ ਸੁਣੇ ਉਸਨੂੰ ਕਿਹਾ ਜਾਂਦਾ ਹੈ ਘੇਸਲਾ। ਜਿਹੜਾ ਸਾਰਿਆਂ ਤੋਂ ਵੱਖ ਹੋਵੇ ਉਸਨੂੰ ਕੀ ਕਿਹਾ ਜਾਂਦਾ ਹੈ ਅਲੇ। ਤਾਂ ਇਹ ਸੀ ਪਿਆਰੇ ਦੋਸਤੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨਾਵਲੀ, ਬਹੁ ਵਿਕਲਪੀ ਪ੍ਰਸ਼ਨਾਂ ਨਾਲ। ਤਾਂ ਇਹਨਾਂ ਦਾ ਪੂਰਨ ਤੌਰ 'ਤੇ ਇਸੇ ਤਰ੍ਹਾਂ ਨਾਲ ਇਹਨਾਂ ਦੀ ਤਿਆਰੀ ਜਿਹੜੀ ਹੈ ਮੁਕੰਮਲ ਰੂਪ ਦੇ ਵਿੱਚ ਕੀਤੀ ਜਾਵੇ ਤਾਂ ਅਸੀਂ ਪ੍ਰੀਖਿਆ ਪ੍ਰਣਾਲੀ ਤੋਂ ਵਧੀਆ ਨੰਬਰਾਂ ਨਾਲ ਪਾਸ ਹੋ ਸਕਦੇ ਹਾਂ। ਇਸੇ ਉਮੀਦ ਦੇ ਨਾਲ ਤੁਹਾਡਾ ਸਭ ਦਾ ਧੰਨਵਾਦ।